मापियां नूं उस वेले सुख दा साह आया जद उन्हां ने अपने बच्चे सही सलामत यूक्रेन तों वापस भारत पुजे हुए वेखे। तस्वीरां अमृतसर दे श्री गुरु रामदास जी कौमांतरी हवाई अड्डा राजा सांसी तों सामने आईयां ने, जिथे रूस यूक्रेन जंग विच फसे भारतीय विद्यार्थी वापस अपने वतन परते ने। दसना बनता है कि पंजाब दे नाल संबंधित यूक्रेन तो चार विद्यार्थी अमृतसर दे हवाई अड्डा राजा सांसी पहुंचे, जिथे उन्होंने भारत पुजन उते वाहेगुरु दा शुकराना किया ते उह मापिया नूं मिलके भावुक भी हो गए। पहली मार्च में निकला सी उत्थों, पहली मार्च में असीं ट्रेन फड़ी खाड़की तो सवेर दी, ते सानूं 24 घंटे लगे ट्रेन च, 24 घंटे खड़े आए ट्रेन च। तो उस तो बाद बॉर्डर क्रॉस किया, जो असं बॉर्डर क्रॉस कर गए तो बॉर्डर क्रॉस करने तो बाद उत्थे दी जिहड़ी एम्बेसी सी रोमेनिया की, उन्होंने हैल्प वगैरह की साड़ी, उन्होंने लोगों ने बहुत मदद की, सानू खाण पीण दिता बहुत कुछ, तो सानू ठहरन की जगह दिती, तो कल उन्होंने फिर सानू फ्लाइट करवा के अज मैं इतने सही सलामत अपने घर आ गया। हाँ जी, कि उस बंदे बारे जरूर कहना चाहूँगा, वो बंदा अंकल जी रब बन के मेरी जिंदगी में। कौन सी उसका नाम सी सलावा, उधर का यूक्रेनियन बंदा, वो बंदा इदा सी कि जिथे सब नकार रहे थे असं तुम स्टेशन तक नहीं छड़न जा सकते, सॉरी बाहर बहुत बंब डिगड़े पे ने, गोलियां चल पी, वो बंदे ने हिम्मत करके मेरे को एक पैसा भी लिया, सानू 6 किलोमीटर भी स्टेशन तक भी छड़ के आया। उन्होंने बस एंड च इन्नी गल कही कि जो पहुँच जाओगे मैंने फोन कर दो कि तुम सही समय पहुँच गए, ये मेरा रिवॉर्ड है, यही मेरी फीस है बस। मतलब वो बंदे की जिनी तरीक करा मैं मतलब घट कर, पेरेंट्स नूं मिल के किवें लग रहा? बहुत खुशी हो रही है। मैं तो इस तरह से कि एक तरह एक टाइम इदा सी कि इंपॉसीबल सी कि नहीं हुण नहीं निकल सकता, हर पासों घिरे दे सी, हर जगह बॉम्बिंग शेल्डिंग हर जगह हो रही थी, बट फिर एक टाइम बस मतलब हुण इस तरह लग रहा कि मैं सेफ हाँ। सेमेस्टर कितना है तुहाडा? मेरा 5वां कोर्स चलता पिया। तुहाडा नाम की? मेरा नाम निखिल है। एक कित्थों दे रहण वाले? मैं पठानकोट। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਰਵੀਨ ਕੌਰ ਹੈ, ਮੈਂ ਖਾਲਸਾ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੀ ਸਟੂਡੈਂਟ ਹਾਂ। ਲਾਸਟ ਈਅਰ ਦੀ ਸਟੂਡੈਂਟ ਹਾਂ। ਮੁਸ਼ਕਿਲਾਂ ਬਹੁਤ ਆਈਆਂ ਸਾਨੂੰ, ਉੱਥੋਂ ਇਹੋ ਜਿਹੇ ਹਾਲਾਤ ਹੋ ਗਏ ਸੀਗੇ ਕਿ ਖਾਣ ਪੀਣ ਦੀਆਂ ਵੀ ਮੁਸ਼ਕਿਲਾਂ ਆਉਣ ਲੱਗ ਗਈਆਂ ਸੀਗੀਆਂ। ਬੱਚੇ ਘਰਾਂ ਤੋਂ ਭੱਜ ਭੱਜ ਕੇ ਬੰਕਰਸ ਦੇ ਵਿੱਚ ਜਾਂਦੇ ਸੀਗੇ, ਉੱਥੇ ਨਾ ਖਾਣ ਦਾ ਸੀਗਾ ਨਾ ਪੀਣ ਦਾ ਸੀਗਾ, ਬਹੁਤ ਬੁਰਾ ਹਾਲ ਸੀਗਾ। ਕਈ ਬੱਚੇ ਇੰਨਾ ਮੈਂਟਲੀ ਅਪਸੈਟ ਹੋ ਗਏ ਸੀਗੇ ਇਸ ਸਿਚੁਏਸ਼ਨ ਤੋਂ, ਕਿਸੇ ਨੇ ਐਕਸਪੈਕਟ ਹੀ ਨਹੀਂ ਕੀਤਾ ਕਿ ਇੱਕਦਮ ਇੱਦਾਂ ਦੇ ਹਾਲਾਤ ਵੀ ਦੇਖਣੇ ਪੈਣਗੇ ਕਦੇ ਜ਼ਿੰਦਗੀ ਦੇ ਵਿੱਚ। ਸ਼ੁਰੂ ਕਰਦੇ ਹੁਣ ਕਿਵੇਂ ਪਹੁੰਚੇ ਇੱਥੇ? ਅਸੀਂ ਇੱਥੇ ਬਸ ਰੱਬ ਦੀ ਮਿਹਰ ਨਾਲ ਪਹੁੰਚ ਗਏ ਕਿ ਪਹਿਲੇ ਅਸੀਂ ਉੱਥੋਂ ਟ੍ਰੇਨ ਲਿੱਤੀ, ਟ੍ਰੇਨ ਦੇ ਵਿੱਚ ਪਹੁੰਚਣ ਲਈ ਵੀ ਸਾਨੂੰ ਇੰਨਾ ਸਟਰਗਲ ਕਰਨਾ ਪਿਆ ਕਿ ਉੱਥੋਂ ਦੀ ਗੌਰਮੈਂਟ ਵੀ ਇਵੇਂ ਸੀਗੀ ਕਿ ਉਹਨਾਂ ਦੀ ਪ੍ਰੈਫਰੈਂਸ ਸੀਗੇ ਕਿ ਉਹਨਾਂ ਦੇ ਲੋਕਲ ਜਿਹੜੇ ਸੀਗੇ ਉਹ ਨਿਕਲ ਸਕਣ ਸਿਵੀਲੀਅਨਸ, ਕਿ ਜਿਸ ਤਰ੍ਹਾਂ ਯੂਕਰੇਨੀਅਨਸ ਨੂੰ ਪ੍ਰੈਫਰੈਂਸ ਦਿੰਦੇ ਸੀਗੇ ਬੱਚਿਆਂ ਨੂੰ, ਬਜ਼ੁਰਗਾਂ ਨੂੰ ਅਤੇ ਉੱਥੇ ਦੀਆਂ ਕੁੜੀਆਂ ਨੂੰ, ਪਰ ਉੱਥੋਂ ਫਿਰ ਬ੍ਰਾਈਬ ਦੇ ਕੇ ਆ ਜਿਸ ਤਰ੍ਹਾਂ ਵੀ ਕਿ ਉਹਨਾਂ ਨੂੰ ਰਿਕੁਐਸਟ ਕਰ ਕਰਕੇ ਅਸੀਂ ਫਿਰ ਟ੍ਰੇਨ ਵਿੱਚ ਚੜ੍ਹੇ ਧੱਕਾ ਮੁੱਕੀ ਕਰਕੇ ਜਿਵੇਂ ਵੀ, ਅਤੇ ਉੱਥੋਂ ਅਸੀਂ ਫਿਰ ਲਵੀਵ ਸ਼ਹਿਰ ਪਹੁੰਚੇ। ਉੱਥੋਂ ਅੱਗੇ 500 ਕਿਲੋਮੀਟਰ ਅੱਗੇ ਅਸੀਂ ਬਾਰਡਰ ਤੱਕ ਪਹੁੰਚੇ ਹਾਂ ਟੈਕਸੀ ਕਰਵਾ ਕੇ, ਫਿਰ ਉੱਥੇ ਸਾਨੂੰ ਸ਼ੈਲਟਰਸ ਦੇ ਵਿੱਚ ਲਿਜਾਇਆ ਗਿਆ ਸੀਗਾ, ਉੱਥੇ ਸਾਡੇ ਲਈ ਇੰਤਜ਼ਾਮ ਕੀਤਾ ਗਿਆ ਸੀਗਾ, 2 ਦਿਨ ਅਸੀਂ ਉੱਥੇ ਰੁਕੇ ਹਾਂ। ਫਿਰ ਜੋ ਗਵਰਨਮੈਂਟ ਨੇ ਇਹਨਾਂ ਨੇ ਪ੍ਰੈਪ ਸਾਡੇ ਲਈ ਅਰੇਂਜ ਕੀਤੀਆਂ ਸੀਗੀਆਂ ਫਲਾਈਟ, ਫਿਰ ਉਹਨਾਂ 'ਚ ਸਾਨੂੰ ਇਵੈਕੂਏਟ ਕੀਤਾ ਗਿਆ। ਹੁਣ ਕਿਵੇਂ ਲੱਗ ਰਿਹਾ ਤੁਹਾਨੂੰ? ਹੁਣ ਬਹੁਤ ਵਧੀਆ ਲੱਗ ਰਿਹਾ, ਸਾਨੂੰ ਤਾਂ ਬਹੁਤ ਵਧੀਆ ਲੱਗ ਰਿਹਾ, ਬਟ ਰੱਬ ਅੱਗੇ ਇਹੀ ਅਰਦਾਸ ਹੈ ਕਿ ਜੋ ਸਾਡੇ ਸਾਥੀ ਉੱਥੇ ਫਸੇ ਹੋਏ ਨੇ ਉਹ ਜਲਦੀ ਤੋਂ ਜਲਦੀ ਸੇਫਲੀ ਇੱਥੇ ਇੰਡੀਆ ਪਹੁੰਚ ਜਾਣ। ਤੁਹਾਡਾ ਨਾਂ ਕੀ? ਤੁਹਾਡਾ ਨਾਂ ਕੀ ਜੀ? ਮੇਰਾ ਨਾਮ ਗਜ਼ਰਦੀਪ ਹੈ, ਮੈਂ ਉੱਥੇ ਖਾਲਸਾ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਪੜ੍ਹਦੀ ਹਾਂ, ਅਤੇ ਸਾਡਾ ਉੱਥੇ 6ਵੇਂ ਸਾਲ ਸੀ, ਅਤੇ ਬਸ ਸਾਡੀ ਡਿਗਰੀ ਮੁਕੰਮਲ ਹੋਣੇ ਵਾਲੀ ਸੀ, ਪਰ ਆਹ ਸਭ ਹੋ ਗਿਆ, ਅਤੇ ਹੁਣ ਬਸ ਸਾਨੂੰ ਆਹੀ ਟੈਨਸ਼ਨ ਹੈ ਕਿ ਸਾਨੂੰ ਡਿਗਰੀਆਂ ਕਿੱਦਾਂ ਮਿਲਣਗੀਆਂ, ਅਤੇ ਜਿਹੜੇ ਲੋਕ ਉੱਥੇ ਰਹਿ ਗਏ ਨੇ ਉਹ ਵੀ ਜਲਦੀ ਤੋਂ ਜਲਦੀ ਵਾਪਸ ਆ ਜਾਣ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ।